अहमदनगरमध्ये काल अँटी टेररिस्ट फ्रंटचे अध्यक्ष मणिंदरजीत सिंह बिट्टा यांनी गोविंदपुरामधील गुरुद्वारामध्ये दर्शन घेतलंय. धर्माच्या ठेकीदारांनी स्वतः गुरु होण्याच्या प्रयत्नांना माझा कायम विरोध असेल. सर्व धर्मगुरूंनी मानवतेचा संदेश दिला, तो आचरणात आणण्याची गरज त्यांनी यावेळी व्यक्त केली आहे. धर्माच्या ठेकेदारांनी स्वतः गुरु होण्याचा प्रयत्न केला आहे, याला आमचा पूर्णपणे विरोध आहे. सर्वच गुरूंनी मानवतेचा संदेश दिला असून ही शिकवण आचरणात आणण्याची गरज आहे. धार्मिक वास्तूबरोबर शैक्षणिक वस्तूंना देखील प्राधान्य द्या, असे आवाहन ऑल इंडिया अँटी टेररिस्ट फ्रंटचे अध्यक्ष मणिंदर सिंग बिट्टा यांनी यावेळी केलंय. ਮਹਾਨ ਸਾਡੇ ਗੁਰਦੁਆਰਾ ਸਾਹਿਬ ਮੈਂ ਉਹਨਾਂ ਦੇ ਦਰਸ਼ਨ ਕੀਤੇ, ਮੈਨੂੰ ਮੌਕਾ ਮਿਲਿਆ. ਗੁਰੂ ਮਹਾਰਾਜ ਦਾ ਕਿਰਪਾ ਨਾਲ ਆਸ਼ੀਰਵਾਦ ਲਿਆ ਅਤੇ ਸਾਡੇ ਜਿਹੜੇ ਭਰਾ ਪੰਜਾਬ ਤੋਂ ਸਾਡੇ ਸਮਾਜ ਤੋਂ ਇੱਥੇ ਆ ਕੇ ਜਿਨ੍ਹਾਂ ਨੇ ਸਿੱਖ ਸਮਾਜ ਦਾ ਸਾਡੇ ਗੁਰੂ ਮਹਾਰਾਜ ਦੀ ਉਹ ਮਰਿਆਦਾ ਦਾ ਜਿਹੜੀਆਂ ਬੜੀਆਂ ਕੁਰਬਾਨੀਆਂ ਸ਼ਹਾਦਤਾਂ ਤਪਾਂ ਜਪਾਂ ਨਾਲ ਉਹਨਾਂ ਨੇ ਸਜਾਈ ਸੀ. ਅਸੀਂ ਭਾਵੇਂ ਇੱਥੇ ਸਾਡੀ ਸੰਖਿਆ ਬਹੁਤ ਘੱਟ ਹੋ ਸਕਦੀ, ਪਰ ਇੱਕ ਗੱਲ ਦਾ ਮੈਂ ਦਾਅਵਾ ਜ਼ਰੂਰ ਕਰ ਸਕਦਾ ਵੀ ਪੰਜਾਬ ਤੋਂ ਜ਼ਿਆਦਾ ਅਗਰ ਸੱਚਾ ਮਨ, ਸੱਚੀ ਲਗਨ, ਸੱਚੀ ਭਾਵਨਾ ਗੁਰੂ ਮਹਾਰਾਜ ਦੇ ਪ੍ਰਤੀ, ਉਹਨਾਂ ਦੀ ਆਸਥਾ ਦੇ ਪ੍ਰਤੀ, ਗੁਰੂ ਮਹਾਰਾਜ ਦੀ ਸਿੱਖੀ ਨੂੰ ਪ੍ਰਫੁੱਲਿਤ ਕਰਨ ਦੇ ਪ੍ਰਤੀ, ਉਹ ਸਾਡੀ ਪੰਜਾਬ ਨਾਲੋਂ ਕਿਤੇ ਜ਼ਿਆਦਾ. ਇਹ ਗੱਲ ਨੂੰ ਮੈਂ ਬਿਲਕੁਲ ਦਿਲੋਂ ਤੁਹਾਨੂੰ ਕਹਿ ਰਿਹਾ. ਔਰ ਸਭ ਤੋਂ ਵੱਡੀ ਸਾਡੀ ਜਿਹੜੀ ਗੁਰੂ ਮਹਾਰਾਜ ਦੀਆਂ ਕੁਰਬਾਨੀਆਂ ਨੇ, ਉਹਨਾਂ ਦੇ ਇਤਿਹਾਸ ਨੂੰ ਪ੍ਰਫੁੱਲਿਤ ਕਰਨਾ. ਕਿਤੇ ਨਾ ਕਿਤੇ ਸਾਡੇ ਪੰਜਾਬ ਤੋਂ ਕੁਛ ਨਾ ਕੁਛ ਕਮੀਆਂ ਬਹੁਤ ਰਹਿ ਗਈਆਂ. ਆਪ ਜੋ ਵੰਡੇ ਫਿਰਦੇ ਆ, ਕੁਝ ਰਾਜਨੀਤਿਕ ਪੋਲੀਟੀਕਲ ਪਾਰਟੀਆਂ, ਕੁਝ ਵੋਟ ਸੱਤਾ ਦੀ ਰਾਜਨੀਤੀ, ਕੁਝ ਧਰਮ ਦੇ ਠੇਕੇਦਾਰ, ਸਾਡਾ ਬਹੁਤ ਨੁਕਸਾਨ ਕਰਦਾ, ਬਹੁਤ ਨੁਕਸਾਨ ਹੋਇਆ ਸਾਡਾ. ਔਰ ਪੰਜਾਬ ਦੇ ਵਿੱਚ ਰਹਿ ਕੇ ਹਮੇਸ਼ਾ ਤੁਹਾਡਾ ਸਾਨੂੰ ਫਿਕਰ ਰਹਿੰਦਾ ਵੀ ਸਾਰੇ ਠੀਕ ਠਾਕ, ਸਾਡੀਆਂ ਗਲਤੀਆਂ ਨਾਲ, ਸਾਡੀ ਰਾਜਨੀਤਿਕ ਗਲਤੀਆਂ ਨਾਲ, ਸਾਡੇ ਕਈ ਧਾਰਮਿਕ ਇਹੋ ਜਿਹੇ ਫੈਸਲੇ ਜਿਨ੍ਹਾਂ ਦਾ ਇਤਿਹਾਸ ਦੇ ਨਾਲ ਕੋਈ ਤਲਕ ਨਹੀਂ, ਪਰ ਸਾਡੇ ਆਪਣੇ ਇੰਟਰਸਟ, ਸਾਡੀ ਆਪਣੀ ਉਹਦੇ 'ਚ ਕੀ ਫਾਇਦਾ ਮਿਲ ਸਕਦਾ, ਉਹਨੂੰ ਲੈ ਕੇ ਉਹਨਾਂ ਦੀਆਂ ਗਲਤੀਆਂ ਨਾਲ ਬਾਹਰ ਸਾਰਾ ਠੀਕ ਠਾਕ ਰਹੇ. ਔਰ ਮੈਂ ਤੁਹਾਨੂੰ ਇਹ ਗੱਲ ਨੂੰ ਬਿਲਕੁਲ ਯਕੀਨਨ ਕਹਿ ਸਕਦਾ, ਪੂਰਾ ਰਾਸ਼ਟਰ ਸਾਡਾ, ਪੂਰਾ ਦੇਸ਼ ਸਾਡਾ. गोविंदपुरा येथील भाई दया सिंग गुरुद्वाराला बिट्टा यांनी भेट देऊन दर्शन घेतलंय. यावेळी ते बोलत होते. बड़ा दुख हो, साडीया गलतियां नाल दो ढाई करोड़ श्रद्धालु पंजन ते साडी गुरु महाराज दी कुर्बानियां शहादतां तपां जपां नाल अमृतसर दा सजिया होया साडा पवित्र स्थान, ਉਹਦੇ 'ਤੇ ਅਸੀਂ ਕਿੰਨੇ ਪੈਸੇ ਰਹਿੰਦੇ ਜਾ ਰਹੇ ਹਾਂ? ਕਿਉਂ? ਉਹਦਾ ਸਭ ਤੋਂ ਵੱਡਾ ਕਾਰਨ ਕਿ ਅਸੀਂ ਆਪਣੀ ਗੁਰੂ ਮਹਾਰਾਜ ਦੀ ਸਿੱਖੀ ਨੂੰ ਸਮੇਂ ਦੇ ਮੁਤਾਬਕ ਅਸੀਂ ਪ੍ਰਫੁੱਲਤ ਨਹੀਂ ਕਰ ਸਕੇ. ਅਸੀਂ ਮਾਡਰਨ ਯੁੱਗ ਵਾਲੇ ਪਾਸੇ ਚਲੇ ਗਏ, ਪੁਰਾਣੇ ਇਤਿਹਾਸ ਨੂੰ ਅਸੀਂ ਤੋੜ ਮਰੋੜ ਦਿੱਤਾ, ਨਵੇਂ ਇਤਿਹਾਸਾਂ ਨੂੰ ਖੰਡ ਲਿਆ. ਕਿੱਡਾ ਵੱਡਾ 84 ਦੇ ਦੰਗਿਆਂ ਵਿੱਚ ਸਾਡਾ ਨੁਕਸਾਨ ਹੋਇਆ? ਕਦੀ ਸੋਚਿਆ ਵੀ ਹੋਇਆ ਕਿਉਂ? ਕੋਈ ਗੱਲ ਨੂੰ ਤਿਆਰ ਨਹੀਂ. ਉਹ ਸੰਗਤ ਵਾਲੀ ਗਲੀ ਦੇ ਮੇਰੇ ਹਵੇਲੀ ਦੇ ਨਾਲ ਹੀ ਸਿੱਖ ਸਾਹਿਬ ਬੈਠੇ ਨੇ, ਨਾਲ ਹੀ ਮੇਰੇ ਰਹਿੰਦੇ ਸੀ. ਜਰਾ ਪੁੱਛੋ, ਸਿਰ 'ਤੇ ਜੂੜਾ ਕਰਦੇ ਸੀ, ਰੁਮਾਲ ਸੀ ਅਤੇ ਰੋਟੀ ਖਾਣੀ ਅਤੇ ਮੰਜੀ ਸਾਹਿਬ ਬਹਿ ਜਾਣਾ. ਇੱਕ ਇੱਕ ਚੀਜ਼ ਸਾਡੇ ਅੱਖਾਂ ਦੇ ਸਾਹਮਣੇ. ਗੁਰਦੁਆਰਾ ਸਾਹਿਬ ਸਾਡਾ ਧਮਾ ਜਮਾ ਨਾਲ ਸਜਿਆ ਹੋਇਆ ਗੁਰਦੁਆਰਾ ਸਾਹਿਬ ਤੇਰੀ ਦਰਵਾਜ਼ਾ. ਮੈਂ ਕਿਹਾ ਇੱਕ ਇੰਟਰਵਿਊ 'ਚ, ਮੈਂ ਕਿਹਾ ਗੱਲ ਸੁਣੋ ਮੇਰੀ, ਜੇ ਮੈਂ ਗੁਰੂ ਮਹਾਰਾਜ ਦਾ ਸੱਚਾ ਸਿੱਖ ਹੁੰਦਾ, ਤੋਪਾਂ ਅਤੇ ਗੋਲੀਆਂ ਬਾਹਰ ਹੁੰਦੀਆਂ ਅਤੇ ਮੈਨੂੰ ਕਹਿੰਦੇ ਬਾਹਰ ਆ ਜਾਓ, ਨਹੀਂ ਤਾਂ ਗੁਰਦੁਆਰਾ ਸਾਹਿਬ ਨੂੰ ਢਹਿ ਕੇ ਕੀ ਕਰਾਂਗੇ?
जे मैं सच्चा सिख होता कभी सोचना आप सोचने की कभी कोशिश नहीं की। मैं कहता मैं आया जे बार इनिया तोपा के गोलियां ना तुम पछाड़ा कर दो शरीर की नस भी ना बचे पर गुरु महाराज जी अपने गुरु महाराज ने चिट्ठी अमृतसर मुठी सोचना करिए गल। या प्रसंगी अध्यक्ष गुरुदयाल सिंह वाही, हरजीत सिंह वधवा, गुलशन कुमार धुप्पड, जनक आहुजा, तरनजीत सिंह नायर, मनमोहन सिंह सरना, देवेंद्र सिंह वधवा, जी एस विरदी, प्रदीप पंजाबी, राजेंद्र कंत्रोड, गुरुदयाल सिंह सागू, अमरजीत सिंह वधवा, बिट्टू मनोचा, डॉक्टर हरमित कथुरिया, अजय पंजाबी, अनिल सबलोक, वी के राजपूत, वसंत लोढ़ा, नाना जाधव, गौतम दीक्षित, प्रीतपाल सिंह दुप्पड, सतिंदर सिंह मखीजा आणि त्याचबरोबर सरबजीत सिंह उपस्थित होते। आज गुरुद्वारा भाई दया सिंह येथे गुरु गोविंद सिंह सहकारी क्रेडिट सोसायटी आणि गुरुद्वारा भाई दया सिंह यांच्या संयुक्त विद्यमाने मनिंदरजीत सिंह बिट्टा जे या ठिकाणी आले होते त्यांचं स्वागत करण्यात आले आणि या ठिकाणी त्यांना पुष्पगुच्छ देऊन सत्कार करण्यात आले। समाजाच्या वतीने बिट्टाजी या ठिकाणी आले जे जिंदा शहीद म्हणून जे फेमस आहेत आणि ज्यांनी आणि देश हितासाठी देश रक्षणासाठी कायम कार्य असतात आणि त्यांच्यावर अनेक बॉम्ब हल्ले झालेले आहेत ते सगळे होत असताना देखील ते आज पूर्णपणे या ठिकाणी ज्या रीतीने उभे राहतात आणि चालतात एखाद्या फिट माणसाला देखील ते लाजवतात अशी गोष्ट आहे। या ठिकाणी येऊन त्यांनी समाजाला प्रबोधन केले आणि त्या ठिकाणी देशासाठी देशभक्ती राहावी असं त्यांनी जे विचार मांडले त्याबद्दल सर्व समाजाच्या वतीने आम्ही त्यांचे या ठिकाणी स्वागत करतो व तीच देशभक्ती सर्वांची कायम राहावी हीच सदिच्छा व्यक्त करतो। यावेळी बिट्टा यांचा भाई दयासिंह गुरुद्वारा आणि गुरु गोविंद सिंह सोसायटीच्या वतीने सत्कार करण्यात आलाय। धर्म के ठेकेदार जिन्हों ने अभी गुरु महाराज की पवित्रता गुरु महाराज की प्रफुल्लत करने अभी कमियां छड़ दिखा तो पगा फन के वड़िया वड़िया असी अपमान कर दिता। मैं सब कहना कि गुरु महाराज ने सिखी प्रफुल्लत करिए समा बहुत थोड़ा है यू जिन्ना प्रफुल्लत कर सकते हैं उन्होंने करिए यही गुरु महाराज साहब को सब तो वही साड़ी उन्होंने अगे सिर चुकद जे असी नहीं करते तो फिर गुरुद्वारा साहब जाने के दर्शन करने का कोई फायदा नहीं। प्रतिनिधि शुभम पाचारने, ब्यूरो रिपोर्ट, अहमदनगर।